ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਪੂਰੇ ਸਿੱਖ ਜਗਤ ਨੂੰ ਇਸ ਵੇਲੇ ਪਤਾ ਹੀ ਹੈ ਕਿ ਭਾਈ ਗੁਰਬਖਸ਼ ਸਿੰਘ ਹੋਣਾ ਜਿਹੜੀ ਭੁੱਖ ਹੜਤਾਲ ਰੱਖੀ ਹੋਈ ਹੈ ਉਹ 41ਵਾਂ ਦਿਨ ਉਹਦਾ ਸ਼ੁਰੂ ਹੋ ਗਿਆ 41st ਦੇ। ਇਸ ਮੌਕੇ 'ਤੇ ਅਸੀਂ ਇਹਨੂੰ ਕਿਵੇਂ ਦੇਖੀਏ, ਸਿੱਖ ਹੋਣ ਦੇ ਨਾਲ ਨਾਲ ਸਾਡਾ ਕੀ ਜ਼ਿੰਮੇਵਾਰੀ ਬਣਦੀ ਹੈ, ਇਹਦੇ ਬਾਰੇ ਦੋ ਗੱਲਾਂ ਸ਼ੁਰੂ ਸਾਂਝੀ ਕਰਾਂਗੇ। ਅੱਜ ਜਦ ਸਵੇਰੇ ਉੱਠੇ ਹਰਿਮੰਦਰ ਸਾਹਿਬ ਦਰਬਾਰ ਸਾਹਿਬ ਦਾ ਹੁਕਮਨਾਮਾ ਪੜ੍ਹਿਆ, ਉੱਥੇ ਗੁਰੂ ਨਾਨਕ ਸਾਹਿਬ ਨੇ ਬੜਾ ਕਲੀਅਰਲੀ ਦੱਸਿਆ ਹੈਗਾ ਕਿ ਉਹ ਆਪਣੇ ਵਕਤ ਦੀ ਗੱਲ ਕਰ ਰਹੇ ਨੇ ਕਿ ਜਿਹੜੇ ਉਸ ਵੇਲੇ ਦੇ ਸਿਆਸਤਦਾਨ ਨੇ, ਹੈਡਸ ਆਫ ਸਟੇਟ ਨੇ, ਉਹ ਕਿਸ ਤਰ੍ਹਾਂ ਕਰਪਟ ਨੇ ਅਤੇ ਕਿਸ ਤਰ੍ਹਾਂ ਆਯਾਸ਼ੀ ਵਿੱਚ ਛਾਏ ਹੋਏ ਨੇ। ਉੱਥੇ ਉਹ ਗੱਲ ਕਰ ਰਹੇ ਹਨ ਜਿਹੜੇ ਸਕਾਲਰਸ ਨੇ ਉਹ ਕਿੰਨੇ ਕਲੈਵਰ ਹੋ ਗਏ ਨੇ ਅਤੇ ਜਿਵੇਂ ਫੂਲਸ ਵਾਂਗੂ ਗੱਲਾਂ ਕਰ ਰਹੇ ਨੇ। ਜਿਹੜੀ ਆਵਾਮ ਹੈਗੀ, ਜਿਹੜੀ ਜਨਤਾ ਹੈਗੀ, ਜਿਹਨੂੰ ਅਸੀਂ ਰਈਅਤ ਜਾਂ ਕੰਸਟੀਚੁਸੀ ਕਹਿੰਦੇ ਹਾਂ, ਉਹ ਕਿਵੇਂ ਬਲਾਈਂਡ ਹੈਗੀ ਅਤੇ ਇਗਨੋਰੈਂਸ ਵਾਲੀ ਆ, ਅਗਿਆਨਤਾ ਵਿੱਚ ਵਿਚਰ ਰਹੀ ਆ, ਅਤੇ ਜਿਹੜੇ ਆਪਣੇ ਆਪ ਨੂੰ ਧਰਮੀ ਅਖਾਣ ਵਾਲੇ ਨੇ, ਉਹ ਮਿਊਜ਼ੀਕਲ ਇੰਸਟਰੂਮੈਂਟ ਮਤਲਬ ਗਾਣ ਬਚਾਉਣ 'ਤੇ ਰੌਲਾ ਪਾ ਰਹੇ ਨੇ, ਸ਼ੋਰ ਕਰ ਰਹੇ ਨੇ, ਪ੍ਰੇਅਰ ਸਾਈਕਲ ਦਾ ਸ਼ੋਰ ਪਾਈ ਜਾ ਰਹੇ ਨੇ। ਇਸ ਹਾਲਾਤ ਦੇ ਵਿੱਚ ਜੋ ਸਾਨੂੰ ਅੱਜ ਵੀ 2013 'ਚ ਨਜ਼ਰ ਆ ਰਿਹਾ, ਹਿਸਟੋਰੀਕਲੀ ਸਾਡਾ ਕੀ ਰਿਸਪੋਂਸ ਰਿਹਾ ਅਤੇ ਹੁਣ ਕੀ ਰਹਿਣਾ ਚਾਹੀਦਾ, ਇਸ ਗੱਲ ਵੱਲ ਆਪਾਂ ਥੋੜ੍ਹਾ ਜਿਹਾ ਇਸ਼ਾਰਾ ਕਰੀਏ। ਦੇਖੋ, ਹਿਸਟੋਰੀਕਲੀ ਇਹ ਜਿਹੜੇ ਦਿਨ ਨੇ ਅੱਜ ਕੱਲ੍ਹ ਦੇ, ਇਹ ਵੀ ਜੁੜੇ ਹੋਏ ਨੇ ਛੋਟੇ ਸਾਹਿਬਜ਼ਾਦੇ ਅਤੇ ਵੱਡੇ ਸਾਹਿਬਜ਼ਾਦਿਆਂ ਦੇ ਨਾਲ। ਉਹਨਾਂ ਦੇ ਬਾਰੇ ਅੱਲਾ ਯਾਰਖਾਂ ਯੋਗੀ ਲਿਖਦੇ ਨੇ ਸ਼ਹੀਦਾਂ ਦੇ ਵਫਾ ਦੇ ਵਿੱਚ ਕਿ ਜੇ 10ਵੇਂ ਪਾਤਸ਼ਾਹ ਨੇ ਵੱਡੇ ਸਾਹਿਬਜ਼ਾਦੇ ਨੂੰ ਭੇਜਿਆ ਮੈਦਾਨੇ ਜੰਗ ਦੇ ਵਿੱਚ, ਕੀ ਬੋਲਿਆ ਉਹਨਾਂ ਨੇ? ਬੇਸਿਕ ਗੱਲ ਇਹ ਕੀਤੀ ਕਿ ਜਿਹੜੀ ਤੁਹਾਨੂੰ ਅੱਲਾ ਕੋ ਸੌਂਪਾ, ਰੱਬ ਕੋ ਨਾ ਵਿਸਾਰੋ ਤੋ ਮੈਂ ਅੱਲਾ ਕੋ ਸੌਂਪਾ, ਸਿੱਖੀ ਕੋ ਉਭਾਰੋ ਤੋ ਮੈਂ ਅੱਲਾ ਕੋ ਸੌਂਪਾ। ਮਤਲਬ ਵਾਹਿਗੁਰੂ ਦੇ ਨਾਲ ਇੱਕ ਓੰਕਾਰ ਦੇ ਨਾਲ ਆਪਣਾ ਇੰਨਾ ਜ਼ਬਰਦਸਤ ਰਿਸ਼ਤਾ ਕਾਇਮ ਹੋਵੇ ਕਿ ਉੱਥੇ ਹੀ ਸਾਡੀ ਸੈਂਚਰੀ, ਉੱਥੇ ਹੀ ਸਾਡੀ ਰੈਫਿਊਜ, ਉੱਥੇ ਹੀ ਅਸੀਂ ਸ਼ਰਨ ਲੈਣੀ ਹੈ, ਅਤੇ ਉਸ ਇੰਸਪੀਰੇਸ਼ਨ 'ਚ ਸਾਡੀਆਂ ਸਾਰੀਆਂ ਚੀਜ਼ਾਂ ਬਾਹਰ ਆਉਂਦੀਆਂ ਨੇ। ਭਾਈ ਗੁਰਬਖਸ਼ ਸਿੰਘ ਹੋਣਾ ਨੇ ਪੋਲੀਟੀਕਲ ਪ੍ਰਿਜ਼ਨਰਸ ਨੂੰ, ਜਿਹੜੇ ਸਿੱਖ ਇਕੱਲੇ ਪ੍ਰਿਜ਼ਨਰ ਦੀ ਪੋਲੀਟੀਕਲ ਪ੍ਰਿਜ਼ਨਰ ਦੇ ਲੈਵਲ 'ਤੇ ਆਪਾਂ ਦੇਖੀਏ, ਇਹ ਗੱਲ ਸ਼ੁਰੂ ਕੀਤੀ ਇੱਕ ਪਰਸਨਲ ਐਲੀਮੈਂਟ 'ਚ ਸ਼ੁਰੂ ਕੀਤੀ। ਉਹ ਜੇਲ੍ਹ ਦੇ ਵਿੱਚ ਉਹਨਾਂ ਦੇ ਸਾਥੀ ਸੀਗੇ, ਉਹਨਾਂ ਦੀ ਭੈਣ ਦੀ ਕੀ ਇਮੋਸ਼ਨਲ ਅਪੀਲ ਸੀਗੀ ਕਿ ਮੈਂ ਆਪਣੇ ਭਰਾ ਦੀ ਵੇਟ ਕਰਾਂਗੀ, ਉਹਨੂੰ ਮੁੱਖ ਰੱਖ ਕੇ ਉਹਨਾਂ ਨੇ ਸਿੱਖ ਜਥੇਬੰਦੀਆਂ ਨੂੰ, ਹਿੰਦੁਸਤਾਨ ਦੀਆਂ ਜਥੇਬੰਦੀਆਂ ਨੂੰ, ਪੰਜਾਬ ਦੀ ਸਰਕਾਰ ਨੂੰ ਚਿੱਠੀਆਂ ਲਿਖੀਆਂ ਅਤੇ ਅਪੀਲ ਕੀਤੀ, ਬਟ ਕਿਸੇ ਨੇ ਉਹਨਾਂ ਦੀ ਹੱਲ ਨਹੀਂ ਕਰੀ। ਮੈਂ ਇਹ ਗੱਲ ਕਿਉਂ ਕਰ ਰਿਹਾ, ਕਿਉਂਕਿ ਇੰਡੀਵਿਜੁਅਲ ਦੇ ਹੀ ਰਿਸਪੋਂਸਿਸ ਆਉਂਦੇ ਨੇ ਸਿੱਖ ਪਰੰਪਰਾਵਾਂ ਦੇ ਵਿੱਚ, ਸਿੱਖ ਇਤਿਹਾਸ ਦੇ ਵਿੱਚ, ਸਾਡੀ ਤਾਰੀਖ ਦੇ ਵਿੱਚ। ਉਹਨਾਂ ਨੂੰ ਉਹ ਗੱਲ ਨੂੰ ਮੁੱਖ ਰੱਖ ਕੇ ਉਹਨਾਂ ਨੇ ਆਪਣੀ ਇੱਕ ਪਹਿਲ ਦਿੱਤੀ ਹੈ। ਅਸੀਂ ਆਪਣੇ ਬੋਰਡ ਰੂਮਾਂ ਵਿੱਚ ਬਹਿ ਕੇ ਇਹ ਨਾ ਵਿਸਾਰੀਏ ਕਿ ਭੁੱਖ ਹੜਤਾਲ ਰੱਖਣੀ ਚਾਹੀਦੀ ਕਿ ਨਹੀਂ ਰੱਖਣੀ ਚਾਹੀਦੀ, ਉਹ ਤਾਂ ਉਹ ਇੰਡੀਵਿਜੁਅਲ ਐਕਸ਼ਨ ਹੈ। ਉਸ ਐਕਸ਼ਨ ਨੇ ਹੁਣ ਕੰਸੋਲੀਡੇਟ ਕੀਤਾ ਕਿ ਅਮੈਰੀਕਾ ਦੀਆਂ, ਕੈਨੇਡਾ ਦੀਆਂ ਜਿਹੜੇ ਪ੍ਰਵਾਸੀ ਪੰਜਾਬੀ ਅਤੇ ਸਿੱਖ ਜਥੇਬੰਦੀਆਂ ਨੇ ਉਹਨਾਂ ਨੇ, ਅਤੇ ਹੁਣ ਹਿੰਦੁਸਤਾਨ ਦੀਆਂ ਮੇਨ ਸਟਰੀਮ ਔਰਗਨਾਈਜੇਸ਼ਨਸ, ਮੇਨ ਸਟਰੀਮ ਮੀਡੀਆ ਅਤੇ ਜਿਹੜੇ ਸਿੱਖਾਂ ਦੀਆਂ ਆਲਟਰਨੇਟਿਵ ਔਰਗਨਾਈਜੇਸ਼ਨ ਨੇ, ਸਾਰਿਆਂ ਨੇ ਰਿਸਪੋਂਸ ਦੇਣਾ ਸ਼ੁਰੂ ਕਰਤਾ। ਇੱਕ ਵੇਲਾ ਸੀਗਾ ਕਿ ਹਿੰਦੁਸਤਾਨ ਦਾ ਨੈਸ਼ਨਲ ਮੀਡੀਆ ਇਹ ਗੱਲ ਕਵਰ ਵੀ ਨਹੀਂ ਕਰ ਰਿਹਾ ਸੀ, ਹੁਣ CNN ਅਤੇ BBC ਨੇ ਵੀ ਕਵਰ ਕਰ ਲਿਆ। ਹੁਣ ਸਾਡਾ ਕੀ ਰੋਲ ਬਣਦਾ? ਸਾਡਾ ਰੋਲ ਇਹ ਬਣਦਾ ਕਿ ਦੇਖੋ, ਭਾਈ ਗੁਰਬਖਸ਼ ਸਿੰਘ ਜੀ ਨੇ ਗੱਲ ਕੀਤੀ ਹੈਗੀ ਪੋਲੀਟੀਕਲ ਪ੍ਰਿਜ਼ਨਰਸ ਨੂੰ ਰਿਹਾਅ ਕਰਨ ਦੀ, 6 ਬੰਦਿਆਂ ਨੇ ਐਗਜ਼ੈਕਟ ਨਾ ਦਿੱਤੇ ਨੇ, ਬਟ ਗੱਲ ਹੈਗੀ ਸਾਰੇ ਪੋਲੀਟੀਕਲ ਪ੍ਰਿਜ਼ਨਰਸ ਦੀ। ਇਹ ਗੱਲ ਸ਼ੁਰੂ ਹੋਈ ਹੈ ਅੰਬ ਸਾਹਿਬ ਤੋਂ। ਅੰਬ ਸਾਹਿਬ 6ਵੇਂ ਪਾਤਸ਼ਾਹ ਆਏ ਸੀ, ਇੱਕ ਸਿੱਖ ਦੀ ਪਰਸਨਲ ਰਿਲੇਸ਼ਨਸ਼ਿਪ ਜਿਹੜੀ 5ਵੇਂ ਪਾਤਸ਼ਾਹ ਨਾਲ ਡਿਵੈਲਪ ਹੋਈ ਸੀ ਉਹਨੂੰ ਮੁੱਖ ਰੱਖ ਕੇ, ਗੁਰੂ ਹਰਗੋਬਿੰਦ ਪਾਤਸ਼ਾਹ ਨੂੰ ਵੀ ਆਪਾਂ ਦੇਖੋ ਸਿੱਖੀ ਤੋਂ ਭੱਜ ਰਹੇ ਹਾਂ। ਉਹ ਗਵਾਲੀਅਰ ਦੇ ਕਿਲ੍ਹੇ ਵਿੱਚ ਕਿਉਂ ਕੈਦ ਕੀਤੇ ਗਏ ਸੀ 6ਵੇਂ ਪਾਤਸ਼ਾਹ ਮੀਰੀ ਪੀਰੀ ਦੇ ਮਾਲਕ? ਕਿਉਂਕਿ ਪੋਲੀਟੀਕਲ ਪ੍ਰਿਜ਼ਨਰਸ ਉੱਥੇ ਸੀ, ਉਹਨਾਂ ਲਈ ਇਹੀ ਕਾਫੀ ਨਹੀਂ ਸੀਗਾ ਕਿ ਅਸੀਂ ਆਪਣੇ ਆਪ ਨੂੰ ਰਿਹਾਅ ਕਰਾਉਣਾ, ਉਹਨਾਂ ਨੇ ਸਾਰੇ ਪੋਲੀਟੀਕਲ ਪ੍ਰਿਜ਼ਨਰਸ ਨੂੰ ਰਿਹਾਅ ਕਰਾਇਆ। ਸੋ ਅੰਬ ਸਾਹਿਬ ਦੇ ਵਿੱਚ ਇਸ ਸਿੰਬਲਿਜ਼ਮ ਦਾ ਬਾਹਰ ਆਉਣਾ, ਅਤੇ ਭਾਈ ਗੁਰਬਖਸ਼ ਸਿੰਘ ਹੋਣੀ ਵੀ ਜਦ ਗੱਲ ਕਰ ਰਹੇ ਨੇ ਸ਼ਾਂਤਮਈ ਗੱਲ ਕਰ ਰਹੇ ਨੇ, ਬਟ ਕਿਰਪਾਨ ਸਾਡੇ ਹੱਥ ਵਿੱਚ ਆ, ਇਹ ਇੱਕ ਨੌਨ ਵਾਇਲੈਂਸ ਔਰ ਸਟਰੋਂਗ ਦੀ ਵੀ ਗੱਲ ਕਰਦੀ ਹੈ ਕਿ ਸਾਡੀ ਪਰੰਪਰਾ ਦੇ ਵਿੱਚ ਜਿਹੜੀ ਨੌਨ ਵਾਇਲੈਂਸ ਹੈ, ਸਾਡੇ ਕੋਲ ਪੂਰੇ ਹੱਕ ਨੇ, ਅਸੀਂ ਸਰਸਰਧਾਰੀ ਹੋ ਕੇ ਵੀ ਲੜ ਸਕਦੇ ਹਾਂ, ਬਟ ਅਸੀਂ ਪਹਿਲਾਂ ਆਪਣੇ ਸਾਰੇ ਤਰੀਕਿਆਂ ਨੂੰ ਐਗਜ਼ੌਸਟ ਕਰਾਂਗੇ ਤਾਂ ਕਿ ਇਹ ਨਾ ਲੱਗੇ ਜਿਨ੍ਹਾਂ ਦੇ ਨਾਲ ਅਸੀਂ ਖੜ੍ਹੇ ਹਾਂ ਕਿ ਅਸੀਂ ਕੁਛ ਕਰਨ ਯੋਗੇ ਨਹੀਂ ਹਾਂ, ਅਸੀਂ ਸ਼ਾਂਤਮਈ ਤਰੀਕੇ ਤੋਂ ਲੈ ਕੇ ਜੇ ਲੋੜ ਪਈ ਹੋਰ ਤਰੀਕੇ ਵੀ ਵਰਤਾਂਗੇ। ਇਹ ਭਾਈ ਗੁਰਬਖਸ਼ ਸਿੰਘ ਦੇ ਸਿੰਬਲਿਜ਼ਮ ਵਿੱਚੋਂ, ਅੰਬ ਸਾਹਿਬ ਦੇ ਸਿੰਬਲਿਜ਼ਮ ਵਿੱਚੋਂ ਅਤੇ ਅੱਜ ਦੇ ਹੁਕਮ ਦੇ ਅਨੁਸਾਰ ਗੱਲਾਂ ਆ ਰਹੀਆਂ ਨੇ। ਫਿਰ ਅਸੀਂ ਕਰੀਏ ਕੀ? ਦੇਖੋ ਜੀ, ਬੇਸਿਕ ਗੱਲਾਂ ਦੋ ਹੀ ਨੇ ਅੱਜ ਦੇ ਹੁਕਮ ਦੇ ਵਿੱਚ। ਜਿਹੜੀ ਪੌੜੀ ਹੈ ਉਹਦੇ ਵਿੱਚ ਦੱਸਿਆ ਇਹਨਾਂ ਜਨਤਾ ਕੇ ਬਸ ਕਿਛ ਨਾ ਹੀ, ਵਟ ਕੈਨ ਵੀ ਡੂ, ਵਟ ਕੈਨ ਦਾ ਪੀਪਲ ਡੂ, ਔਰਗਨਾਈਜੇਸ਼ਨਸ ਕੀ ਕਰ ਸਕਦੇ ਨੇ, ਜਿੱਥੇ ਬੰਦੇ ਕੀ ਕਰ ਸਕਦੀਆਂ ਨੇ। ਉੱਥੇ ਅਖੀਰਲੀ ਲਾਈਨ ਪੌੜੀ ਦੀ ਆਈ ਹੈ, ਸਹਿਜੇ ਹੀ ਸੱਚ ਸਮਾਇਆ, ਅਸੀਂ ਆਪਣੀ ਰਿਲੇਸ਼ਨਸ਼ਿਪ ਸੱਚ ਨਾਮ ਕਾਇਲ ਕਰਨੀ ਆ। ਉਸ ਸੱਚ ਦੀ ਰਿਲੇਸ਼ਨਸ਼ਿਪ ਵਿੱਚੋਂ ਅਸੀਂ ਆਪਣੀਆਂ ਰਿਸਪੋਂਸਿਸ ਪੈਦਾ ਕਰਨੇ ਨੇ। ਅਸੀਂ ਆਪਣੇ ਦੋ ਰਿਸਪੋਂਸ ਘੱਟ ਤੋਂ ਘੱਟ ਜ਼ਰੂਰ ਦਈਏ। ਪਹਿਲਾ ਇਹ ਕਿ ਸਾਰੀ ਸੋਲੀਡੈਰਿਟੀ ਅਸੀਂ ਦਿਖਾਈਏ ਭਾਈ ਗੁਰਬਖਸ਼ ਸਿੰਘ ਜੀ ਦੇ ਨਾਲ, ਆਪਣੇ ਘਰ ਦੇ ਡਿਨਰ ਟੇਬਲ ਦੇ ਵਿੱਚ, ਆਪਣੇ ਗੁਰਦੁਆਰਿਆਂ ਦੇ ਵਿੱਚ, ਭਾਵੇਂ ਤੁਸੀਂ ਸਪਿਰਿਚੁਅਲ ਆਖਦੇ ਹੋ ਆਪਣੇ ਆਪ ਨੂੰ, ਇਕਨੋਮਿਕ ਆਖਦੇ ਹੋ, ਪੋਲੀਟੀਕਲ ਆਖਦੇ ਹੋ, ਸਾਡੇ ਗੁਰਦੁਆਰਿਆਂ ਅਤੇ ਘਰਾਂ ਦੇ ਵਿੱਚ ਸੋਸ਼ਲ ਮੀਡੀਆ ਦੇ ਰਾਹੀਂ, ਵਲੌਗਸ ਦੇ ਰਾਹੀਂ ਲੈਕਚਰ ਡਿਸਕਸ਼ਨਸ ਹੋਣ ਦੀ ਲੋੜ ਆ, ਤਾਂ ਕਿ ਅਸੀਂ ਆਪਣੀ ਸੋਲੀਡੈਰਿਟੀ ਸਿਰੇ ਪੰਜਾਬ ਦੇ ਵਿੱਚ, ਜੇ ਚੰਡੀਗੜ੍ਹ ਦੇ ਵਿੱਚ ਪ੍ਰੋਟੈਸਟ ਹੋ ਰਹੇ ਨੇ ਅਸੀਂ ਉਹਨੂੰ ਜੁਆਇਨ ਕਰੀਏ, ਜੇ ਪ੍ਰਵਾਸੀ ਸਿੱਖਾਂ ਦੇ ਕਿਤੇ ਵੀ ਜਿੱਥੇ ਅਸੀਂ ਵਰਸਾਂ ਜਾਂ ਪ੍ਰਦੇਸ਼ਾਂ ਵਿੱਚ ਜਿੱਥੇ ਵੀ ਹੋ ਰਹੇ ਅਸੀਂ ਉਹਨਾਂ ਨੂੰ ਜੁਆਇਨ ਕਰੀਏ। ਅਤੇ ਦੂਸਰੀ ਗੱਲ ਹੈ, ਜਿਹੜੀ ਵੀ ਪੋਲੀਟੀਕਲ ਪ੍ਰੈਸ਼ਨ ਦੁਨੀਆਂ 'ਚ ਕਿਤੇ ਬੈਠੇ ਨੇ, ਜਿਹੜੇ
ਪ੍ਰੋਡਕਟ ਸਾਡੇ ਲਈ ਡਿਲੀਵਰ ਕਰੇ ਸੋ ਇਹ ਦੋ ਕੰਮ ਜ਼ਰੂਰ ਕਰੋ ਅੱਜ ਜੋ ਹੁਕਮ ਅਨੁਸਾਰ ਵੀ ਬਣਦਾ ਅਤੇ ਭਾਈ ਗੁਰਬਖਸ਼ ਸਿੰਘ ਨੇ ਜਿਹੜੀ ਸਾਨੂੰ ਪੂਰੀ ਦੁਨੀਆ ਦੇ ਵਿੱਚ ਅਪੀਲ ਕੀਤੀ ਹੈ ਸਿੱਖਾਂ ਨੂੰ ਕਿ ਅਸੀਂ ਪੋਲੀਟੀਕਲ ਪ੍ਰਿਜ਼ਨਰਸ ਨੂੰ ਰਿਹਾਅ ਕਿਵੇਂ ਕਰਾਉਣਾ ਇਹਦੇ ਨਾਲ ਸੋਲੀਡੈਰਿਟੀ ਦਿਖਾਈਏ ਅਤੇ ਉਹ ਜਥੇਬੰਦੀਆਂ ਜਿਹੜਾ ਰਿਹਾਅ ਕਰਾਉਣ 'ਚ ਲੱਗੀਆਂ ਹੋਈਆਂ ਨੇ ਉਹਨਾਂ ਨੂੰ ਆਪਣੇ ਟਾਈਮ ਅਤੇ ਪੈਸੇ ਨਾਲ ਮਦਦ ਕਰੀਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ